ਮੈਂ ਸਹੀ ਸੁਣਿਆ ਵੀ ਹਰ ਪਾਸਿਓਂ ਸਭ ਤੋਂ ਘੱਟ ਰੇਟਾਂ ਦੇ ਵਿੱਚ ਜਿਹੜਾ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ MRI CT ਸਕੈਨ ਵਗੈਰਾ ਕੀਤੇ ਜਾਂਦੇ ਨੇ? ਕੋ ਸਰ, ਸਾਡੇ ਕੋਲ ਬਹੁਤ ਘੱਟ ਰੇਟਾਂ ਦੇ ਸਕੈਨ ਅਵੇਲੇਬਲ ਹੈ। ਇੱਕ ਸ਼ੂਗਰ ਦਾ ਟੈਸਟ, ਜਿੱਦਾਂ ਰੈਂਡਮ ਸ਼ੂਗਰ 13 ਰੁਪਏ ਦੀ ਜਸਟ ਟੈਸਟ ਹੈ, ਇੱਕ 3 ਮਹੀਨੇ ਦੀ ਸ਼ੂਗਰ ਹੁੰਦੀ ਹੈ, HbA1c ਕਹਿੰਦੇ ਉਹਨੂੰ, 81 ਰੁਪੀਸ ਦੀ ਮੇਰੇ ਕੋਲ ਸਿਰਫ ਟੈਸਟ ਹੈ, 81 ਰੁਪਏ ਦੀ 4 ਗੁਣਾ ਫਰਕ ਹੋਊਗਾ ਸਰ। ਇੱਕ ਕੋਈ RFT LFT ਕੋਈ ਲੀਵਰ ਕਿਡਨੀ ਦੇ ਟੈਸਟ ਕਰਵਾਉਂਦੇ ਨੇ, 139 ਰੁਪੀਸ ਦੀ ਹੈ ਸਰ ਜਸਟ, ਉਹ ਬਾਹਰ 500 ਰੁਪਏ ਦੀ, 550 ਰੁਪਏ ਦਾ ਟੈਸਟ ਹੈ ਜਸਟ, ਉਹ ਸਿੰਗਲ ਟੈਸਟ। ਸਿਟੀ ਬ੍ਰੇਨ ਦਾ ਤੁਸੀਂ ਲਾ ਲਓ ਰੇਟ, ਲਾ ਲਓ 551 ਰੇਟ ਹੈ, ਬਾਹਰ ਦੇ ਅਕੋਰਡਿੰਗ ਸਰ ਬਹੁਤ ਘੱਟ ਰੇਟ ਹੈ, 4 ਗੁਣਾ 5 ਗੁਣਾ ਦਾ ਫਰਕ ਹੈ ਸਰ ਮੇਰੇ ਕੋਲ। ਬਾਹਰ ਤੁਸੀਂ ਲਾ ਲਓ 3000 ਰੁਪਏ ਦਾ ਹੋਊਗਾ ਸਕੈਨ, 2500-3000 ਰੁਪਏ ਦਾ, ਮੇਰੇ ਕੋਲ 551 ਦਾ ਸਕੈਨ ਹੈ। ਸਰ, ਜਿੱਦਾਂ ਕਿ ਦੇਖਿਆ ਜਾਂਦਾ ਕਈ ਲੋਕ ਨਹੀਂ ਹੁੰਦੇ ਵੀ ਪੇ ਕਰ ਪਾਉਂਦੇ, ਬੜੇ ਵੱਡੇ ਰੇਟ ਹੈਗੇ, ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਪੇ ਕਰ ਪਾਉਂਦੇ ਹੈਗੇ, ਵੀ ਉਹਨਾਂ ਵਾਸਤੇ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ, ਕਿਉਂਕਿ ਹੁਣ ਤੁਹਾਡੀ ਵੀਡੀਓ ਸਾਂਝੀ ਕਰਾਂਗੇ ਕ੍ਰਿਸ਼ਨਾ ਡਾਇਗਨੋਸਟਿਕ ਦੀ। ਅਤੇ ਕੀ ਕਹੋਗੇ ਉਹਨਾਂ ਲੋਕਾਂ ਨੂੰ? ਉਹਨਾਂ ਨੂੰ ਕਹੂੰਗਾ ਸਰ, ਇੱਕ ਚਾਂਸ ਸਾਨੂੰ ਦਿਓ, ਤੁਸੀਂ ਬਾਹਰ ਜਾਂਦੇ ਹੋ, ਬਹੁਤ ਚਾਰਾ ਖਰਚਾ ਕਰਦੇ ਹੋ, ਇੱਕ ਚਾਂਸ, ਇੱਕ ਵਾਰੀ ਰਿਕੁਐਸਟ ਹੈ ਸਾਰਿਆਂ ਅੱਗੇ, ਮੇਰਾ 'ਚ ਕੋਈ ਪਰਸਨਲ ਫਾਇਦਾ ਨਹੀਂ ਹੈਗਾ, ਮੈਂ ਤੁਹਾਡੇ, ਸਾਡੀ ਕੰਪਨੀ ਤੁਹਾਡੇ ਸੇਵਾ ਵਾਸਤੇ ਆਈ ਹੈ, ਸਾਡਾ ਹਾਂਜੀ ਸਾਡਾ ਮੋਟੋ ਹੀ ਸਰ ਇਹ ਹੈ, ਲੈਟਸ ਡੂ ਗੁੱਡ, ਆਪਾਂ ਲੋਕਾਂ ਦਾ ਭਲਾ ਕਰੀਏ, ਸਾਡਾ ਮੋਟੋ ਹੀ ਇਹ ਹੈ ਸਰ। ਸਤਿ ਸ਼੍ਰੀ ਅਕਾਲ, ਸਿਟੀ ਹੈਡਲਾਈਨ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਹੈਲਥ ਨੂੰ ਲੈ ਕੇ ਲਗਾਤਾਰ ਤੁਹਾਡੇ ਨਾਲ ਇਹੋ ਜਿਹੀ ਅਪਡੇਟ ਸਾਂਝੀ ਕਰਦੇ ਹਾਂ, ਅਤੇ ਇੱਕ ਵਾਰ ਫਿਰ ਤੁਹਾਡੇ ਲਈ ਇੱਕ ਇਹੋ ਜਿਹੀ ਅਪਡੇਟ ਲੈ ਕੇ ਆਇਆ, ਜੇ ਤੁਸੀਂ ਮਹਿੰਗੇ ਰੇਟਾਂ ਦੇ ਵਿੱਚ ਸਿਟੀ ਸਕੈਨ ਜਾਂ ਫਿਰ MRI ਕਰਾ ਕੇ ਅੱਕ ਚੁੱਕੇ ਹੋ, ਤਾਂ ਹੁਣ ਤੁਹਾਨੂੰ ਲੈ ਕੇ ਆਏ ਹਾਂ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ, ਜਿੱਥੇ ਬੜੇ ਘੱਟ ਰੇਟਾਂ ਦੇ ਵਿੱਚ ਜਿਹੜਾ ਵਾ MRI ਅਤੇ ਸਿਟੀ ਸਕੈਨ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਸਾਡੇ ਨਾਲ ਕ੍ਰਿਸ਼ਨਾ ਡਾਇਗਨੋਸਟਿਕ ਤੋਂ ਹਰਮਨ ਜੀ ਮੌਜੂਦ ਨੇ, ਗੱਲ ਕਰਦੇ ਹਾਂ। ਸਰ, ਸਿਟੀ ਹੈਡਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਦਾ ਸਵਾਗਤ ਹੈ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ। ਸਰ, ਮੈਂ ਸਹੀ ਸੁਣਿਆ ਵੀ ਹਰ ਪਾਸਿਓਂ ਸਭ ਤੋਂ ਘੱਟ ਰੇਟਾਂ ਦੇ ਵਿੱਚ ਜਿਹੜਾ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ MRI CT ਸਕੈਨ ਵਗੈਰਾ ਕੀਤੇ ਜਾਂਦੇ ਨੇ? ਆਫਕੋਰਸ ਸਰ, ਸਾਡੇ ਕੋਲ ਬਹੁਤ ਘੱਟ ਰੇਟਾਂ ਦੇ ਸਕੈਨ ਅਵੇਲੇਬਲ ਹੈ। ਸਰ, ਜੇ ਗੱਲ ਕਰੀਏ ਕਿਹੜੇ ਕਿਹੜੇ ਟੈਸਟ ਹੈਗੇ ਨੇ ਆਪਣੇ ਕੋਲ, ਅਤੇ ਉਹਨਾਂ ਦਾ ਕੀ ਕੁਛ ਪ੍ਰਾਈਜ਼ ਹੈ? ਸਰ, ਤੁਸੀਂ ਟੈਸਟ ਨੂੰ ਲੈ ਕੇ ਗੱਲ ਕਰ ਰਹੇ ਹੋ, ਤਾਂ ਮੇਰੇ ਕੋਲ ਇੱਕ ਸ਼ੂਗਰ ਦਾ ਟੈਸਟ, ਜਿੱਦਾਂ ਰੈਂਡਮ ਸ਼ੂਗਰ 13 ਰੁਪਏ ਦੀ ਜਸਟ ਟੈਸਟ ਹੈ, ਇੱਕ 3 ਮਹੀਨੇ ਦੀ ਸ਼ੂਗਰ ਹੁੰਦੀ ਹੈ, HbA1c ਕਹਿੰਦੇ ਉਹਨੂੰ, 81 ਰੁਪੀਸ ਦੀ ਮੇਰੇ ਕੋਲ ਸਿਰਫ ਟੈਸਟ ਹੈ, 81 ਰੁਪਏ ਦੀ। ਬਾਹਰ ਕਿੰਨੀ ਦੀ ਸਰ? ਬਾਹਰ ਸਰ 250-300 ਰੁਪਏ ਦੀ ਤਾਂ ਹੈਗੀ ਆ ਉਹ। ਅੱਛਾ, ਬੜਾ ਹਾਂਜੀ, 4 ਗੁਣਾ ਫਰਕ ਹੋਊਗਾ ਸਰ। ਇੱਕ ਕੋਈ RFT LFT ਕੋਈ ਲੀਵਰ ਕਿਡਨੀ ਦੇ ਟੈਸਟ ਕਰਵਾਉਂਦੇ ਨੇ, 139 ਰੁਪੀਸ ਦੀ ਹੈ ਸਰ ਜਸਟ, ਉਹ ਬਾਹਰ 500 ਰੁਪਏ ਦੀ, 550-550 ਰੁਪਏ ਦਾ ਟੈਸਟ ਹੈ ਜਸਟ, ਉਹ ਸਿੰਗਲ ਟੈਸਟ। ਹੋਰ ਕਿਹੜੇ ਕਿਹੜੇ ਨੇ ਸਰ ਤੁਹਾਡੇ? ਸਰ, ਮੇਰੇ ਕੋਲ ਸਾਰੇ ਹੀ ਟੈਸਟ ਅਵੇਲੇਬਲ ਨੇ, ਮੈਂ ਇੱਕ ਇੱਕ ਟੈਸਟ ਦੱਸਣ ਲੱਗ ਗਿਆ। ਕਹਿ ਸਕਦੇ ਆ ਵੀ ਸਰ ਹੈਲਥ ਨੂੰ ਲੈ ਕੇ ਵੀ ਜਿਹੜੇ ਟੈਸਟ ਹੁੰਦੇ ਨੇ ਵੀ ਉੱਥੇ ਸਾਰੇ ਅਵੇਲੇਬਲ ਨੇ, ਅਤੇ ਸਾਰੇ ਪਾਸਿਓਂ ਘੱਟ ਰੇਟਾਂ ਦੇ ਵਿੱਚ ਸਾਰੇ ਸਰ A to Z ਜਿਹੜਾ ਮਰਜ਼ੀ ਟੈਸਟ ਲਾ ਲਓ ਤੁਸੀਂ, ਸਾਰੇ ਅਵੇਲੇਬਲ ਹੈ ਸਰ ਸਾਡੇ ਕੋਲ। ਸਰ, ਸਿਟੀ ਸਕੈਨ ਦੀ ਕੀ ਪ੍ਰਾਈਜ਼ ਹੈ? ਸਿਟੀ ਸਕੈਨ 'ਚ ਸਰ, ਸਿਟੀ ਬ੍ਰੇਨ ਦਾ ਤੁਸੀਂ ਲਾ ਲਓ ਰੇਟ, ਲਾ ਲਓ 551 ਰੇਟ ਹੈ, ਤਾਂ ਬਾਹਰ ਦੇ ਅਕੋਰਡਿੰਗ ਸਰ ਬਹੁਤ ਘੱਟ ਰੇਟ ਹੈ, 4 ਗੁਣਾ 5 ਗੁਣਾ ਦਾ ਫਰਕ ਹੈ ਸਰ ਮੇਰੇ ਕੋਲ। ਮੇਰੇ ਬਾਹਰ ਤੁਸੀਂ ਲਾ ਲਓ 3000 ਰੁਪਏ ਦਾ ਹੋਊਗਾ ਸਕੈਨ, 2500-3000 ਰੁਪਏ ਦਾ, ਮੇਰੇ ਕੋਲ 551 ਦਾ ਸਕੈਨ ਹੈ। ਸਰ, ਜੇ MRI ਦੀ ਗੱਲ ਕਰੀਏ, ਉਹ ਵੀ ਆਪਣੇ ਕੋਲ ਅਵੇਲੇਬਲ ਤਾਂ ਹੈਗੀ, ਉਹਦਾ ਕੀ ਰੇਟ ਹੈਗਾ ਅਤੇ ਕਿੱਦਾਂ ਲੋਕਾਂ ਨੂੰ ਵੀ ਦੱਸਾਂਗੇ ਆਪਾਂ? MRI ਦਾ ਸਰ ਰੇਟ, ਬ੍ਰੇਨ ਦੇ ਤੁਸੀਂ ਕੋਮਨ ਸਕੈਨ ਆ ਜਿਹੜੀ MRI ਬ੍ਰੇਨ ਲਾ ਲਓ, ਮੇਰੇ ਕੋਲ 1333 ਰੁਪਏ ਦੀ ਹੈ। ਬਾਹਰ ਸਰ 5055, ਸਗੋਂ 6000 ਵੀ ਲੈਂਦੇ ਸਰ। ਤਾਂ ਕੋਈ ਰੀੜ ਦੀ ਹੱਡੀ ਦੀ ਸਕੈਨ ਲਾ ਲਓ, ਡੋਰਸਲ ਲੰਬਰ ਸਰਵਾਈਕਲ, 1300-1300 ਰੁਪਏ ਦੀ ਸਰ ਸਕੈਨ ਹੈ ਜਸਟ, ਬਾਹਰ 6000 ਰੁਪਏ ਅਪਰੋਕਸ ਉਹਦਾ ਵੀ ਰੇਟ ਹੈਗਾ ਸਰ। ਸਰ, ਜਿੱਦਾਂ ਕਿ ਦੇਖਿਆ ਜਾਂਦਾ ਕਈ ਲੋਕ ਨਹੀਂ ਹੁੰਦੇ ਵੀ ਪੇ ਕਰ ਪਾਉਂਦੇ, ਬੜੇ ਵੱਡੇ ਰੇਟ ਹੈਗੇ, ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਪੇ ਕਰ ਪਾਉਂਦੇ ਹੈਗੇ, ਵੀ ਉਹਨਾਂ ਵਾਸਤੇ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ, ਕਿਉਂਕਿ ਹੁਣ ਤੁਹਾਡੀ ਵੀਡੀਓ ਸਾਂਝੀ ਕਰਾਂਗੇ ਕ੍ਰਿਸ਼ਨਾ ਡਾਇਗਨੋਸਟਿਕ ਦੀ। ਅਤੇ ਕੀ ਕਹੋਗੇ ਉਹਨਾਂ ਲੋਕਾਂ ਨੂੰ? ਉਹਨਾਂ ਨੂੰ ਕਹੂੰਗਾ ਸਰ, ਇੱਕ ਚਾਂਸ ਸਾਨੂੰ ਦਿਓ, ਤੁਸੀਂ ਬਾਹਰ ਜਾਂਦੇ ਹੋ,
ਬਹੁਤ ਚਾਰਾ ਖਰਚਾ ਕਰਦੇ ਹੋ, ਇੱਕ ਚਾਂਸ, ਇੱਕ ਵਾਰੀ ਰਿਕੁਐਸਟ ਹੈ ਸਾਰਿਆਂ ਅੱਗੇ, ਮੇਰਾ 'ਚ ਕੋਈ ਪਰਸਨਲ ਫਾਇਦਾ ਨਹੀਂ ਹੈਗਾ, ਮੈਂ ਤੁਹਾਡੇ, ਸਾਡੀ ਕੰਪਨੀ ਤੁਹਾਡੇ ਸੇਵਾ ਵਾਸਤੇ ਆਈ ਹੈ, ਸਾਡਾ ਹਾਂਜੀ ਸਾਡਾ ਮੋਟੋ ਹੀ ਸਰ ਇਹ ਹੈ, ਲੈਟਸ ਡੂ ਗੁੱਡ, ਆਪਾਂ ਲੋਕਾਂ ਦਾ ਭਲਾ ਕਰੀਏ, ਸਾਡਾ ਮੋਟੋ ਹੀ ਇਹ ਹੈ ਸਰ। ਸਰ ਫੈਸਿਲਿਟੀ ਦੀ ਗੱਲ ਕਰਾਂ ਤਾਂ ਮੈਂ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਕੀ ਕੀ ਫੈਸਿਲਿਟੀ ਹੈ, ਜਿੱਦਾਂ ਮਸ਼ੀਨਰੀ ਦੀ ਗੱਲ ਕਰ ਲਈਏ ਜਾਂ ਫਿਰ ਸਟਾਫਿੰਗ ਦੀ ਗੱਲ ਕਰ ਲਈਏ, ਉਹ ਕਿਸ ਤਰ੍ਹਾਂ ਦੀ? ਸਰ ਮੇਰੇ ਕੋਲ MRI ਮਸ਼ੀਨ ਜਿਹੜੀ ਹੈਗੀ ਹੈ ਉਹ 1.5 Tesla ਦੀ ਮਸ਼ੀਨ ਹੈ ਸਰ, ਤਾਂ ਸਿਟੀ ਸਕੈਨ ਮੇਰੇ ਕੋਲ 32 slice ਹੈ, 32 slice ਹੈ, ਤਾਂ ਅਵੇਲੇਬਲ ਸਰ, ਆਪਾਂ ਮੈਂ ਲਾਸਟ ਟਾਈਮ ਹੀ ਦੱਸਿਆ ਤੁਹਾਨੂੰ, ਮੈਂ 24/7 ਅਵੇਲੇਬਲ ਹਾਂ ਸਰ, ਸਭ ਕੁਛ ਹੈ ਸਰ ਸਾਡੇ ਕੋਲ, ਸਿਟੀ, MRI, ਪੈਥੋ, ਬਲੱਡ ਟੈਸਟ ਵਗੈਰਾ ਸਭ ਕੁਛ ਸਰ ਅਵੇਲੇਬਲ ਹੈ, 24/7 ਹੈ, ਨਾਲੇ ਤੁਸੀਂ ਰਾਤੀ 2 ਵਜੇ ਆਓ ਭਾਵੇਂ ਦੁਪਹਿਰੇ 2 ਵਜੇ ਆਓ, ਆਪਾਂ ਸਰ ਸਾਡਾ ਸਟਾਫ ਇੱਥੇ ਅਵੇਲੇਬਲ ਮਿਲੂਗਾ। ਟਾਈਮਿੰਗ ਦੀ ਗੱਲ ਕਰੀਏ, ਟਾਈਮਿੰਗ ਕੋਈ ਨਹੀਂ ਹੈ, ਜਦੋਂ ਮਰਜ਼ੀ ਆ ਸਰ, ਜਦੋਂ ਮਰਜ਼ੀ ਆ ਸਕਦੇ ਸਰ, ਕੋਈ ਇਸ਼ੂ ਨਹੀਂ ਹੈਗਾ। ਕਿੱਥੇ? ਸਿਵਲ ਹਸਪਤਾਲ ਦੇ ਵਿੱਚ? ਸਿਵਲ ਹੋਸਪਿਟਲ ਫੀਲਡਗੰਜ ਵਿੱਚ ਸਾਡਾ ਸੈਂਟਰ ਹੈ ਸਰ, ਕ੍ਰਿਸ਼ਨਾ ਡਾਇਗਨੋਸਟਿਕ। ਸੇਵਾ ਹੀ ਕਰਦੇ ਹੋ ਸਰ? ਹਾਂਜੀ ਸਰ, ਸੇਵਾ ਸਾਡਾ ਮੋਟੋ ਹੀ ਹੈ ਸਰ। ਸਰ ਜੇ ਗੱਲ ਕਰੀਏ ਪੇਸ਼ੈਂਟਸ ਕਿੱਥੋਂ ਕਿੱਥੋਂ ਦੇ ਆਉਂਦੇ ਨੇ, ਵੀ ਕਈ ਵਾਰੀ ਤੁਹਾਡੇ ਕੋਲ ਇਹ ਵੀ ਪੇਸ਼ੈਂਟ ਆਉਂਦੇ ਹੋਣੇ ਵੀ ਜਿਹਨਾਂ ਕੋਲ ਪੈਸੇ, ਉਹ ਕਹਿੰਦੇ ਹੋਣਗੇ ਵੀ ਤੁਹਾਨੂੰ ਵੀ ਅਸੀਂ ਉੱਥੇ ਗਏ ਸੀ ਵੀ ਇੰਨੇ ਪੈਸੇ ਦਿੱਤੇ, ਇੱਥੇ ਆਏ ਅਤੇ ਇੰਨੇ ਘੱਟ ਰੇਟਾਂ ਦੇ ਵਿੱਚ, ਸਾਨੂੰ ਨਹੀਂ ਪਤਾ ਸੀ, ਇੱਦਾਂ ਕੋਈ ਹੈ? ਸਰ ਬਹੁਤ ਪੇਸ਼ੈਂਟ ਆਉਂਦੇ ਮੇਰੇ ਕੋਲ, ਰੋਜ਼ ਪੇਸ਼ੈਂਟ ਆਉਂਦੇ ਇੱਦਾਂ ਦੇ, ਬਹੁਤ ਸ਼ੁਕਰੀਆ ਕਰਕੇ ਜਾਂਦੇ ਸਾਡਾ, ਐਕਚੁਲੀ ਸ਼ੁਕਰੀਆ ਉਹਨਾਂ ਦਾ ਕਿ ਉਹ ਸਾਡੇ ਕੋਲ ਆਏ, ਉਹਨਾਂ ਨੇ ਵੀਡੀਓ 'ਤੇ ਦੇਖਿਆ ਸਾਂਝਾ, ਆਪਾਂ ਨੂੰ ਆਪਣਾ ਸਮਝਿਆ, ਉਹਨਾਂ ਨੇ ਸਾਡੇ ਕੋਲ ਆਏ, ਸਾਨੂੰ ਮੌਕਾ ਦਿੱਤਾ ਸੇਵਾ ਦਾ, ਥੈਂਕ ਯੂ ਉਹਨਾਂ ਦਾ ਐਕਚੁਅਲ। ਬਾਹਰ ਜਿੱਦਾਂ ਮਹਿੰਗੇ ਰੇਟਾਂ 'ਤੇ ਕਰਦੇ ਨੇ ਲੋਕ ਸਰ, ਲੋਕਾਂ ਨੂੰ ਨਾ ਪਤਾ ਨਹੀਂ ਹੁੰਦਾ ਹੈਗਾ ਵੀ ਕਿੰਨਾ ਕੁ ਲੱਗਣਾ ਹੈਗਾ, 3000 ਦਾ ਕੋਈ 5000 ਲੈ ਲੈਂਦਾ, ਕੋਈ 7000 ਲੈ ਲੈਂਦਾ, ਅਤੇ ਇਹੋ ਜਿਹੇ ਵੀ ਪੇਸ਼ੈਂਟਸ ਆਏ ਹੋਣਗੇ ਤੁਹਾਡੇ ਕੋਲ ਫਿਰ ਤਾਂ? ਸਰ ਲੋਕਾਂ ਦਾ ਇਹੀ ਹੁੰਦਾ, ਡਾਕਟਰਸ ਦਾ ਇਹੀ ਹੁੰਦਾ, ਲੋਕਾਂ ਦਾ ਇਹੀ ਹੁੰਦਾ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟ ਤੋਂ ਮਤਲਬ ਕਰੀਏ ਆਪਾਂ ਪੈਸੇ ਲਈਏ, ਠੀਕ ਹੈ, ਪਰ ਸਾਡਾ ਕੁਛ ਇੱਦਾਂ ਨਹੀਂ ਹੈਗਾ, ਆਪਾਂ ਕਰਨ ਹੀ ਸਰ ਭਲਾ ਆਏ ਹਾਂ, ਜੇ ਆਪਾਂ ਰੇਟ ਵਧਾਉਣੇ ਹੀ ਹੁੰਦੇ ਤਾਂ ਆਪਾਂ ਮਤਲਬ ਕਰਦੇ ਹੀ ਕਿਉਂ, ਆਪਾਂ ਸਕੈਨ ਦੇ ਰੇਟ ਘਟਾਏ ਹੀ ਤਾਂ ਆਏ ਹਾਂ ਕਿ ਆਪਾਂ ਲੋਕਾਂ ਦਾ ਭਲਾ ਕਰੀਏ, ਜਿਹੜੀ ਉਹਨਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਸਸਤੇ ਰੇਟ 'ਤੇ, ਉਹ ਮਹਿੰਗੇ ਰੇਟ 'ਤੇ ਨਾ ਜਾਣੋ, ਸਾਡੇ ਕੋਲ ਹੀ ਰਹਿਣ। ਸਰ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਹੁਣ ਤੁਹਾਡੇ ਕੋਲ ਜਾਂ ਆਉਂਦੇ ਹੋਣੇ, ਅਤੇ ਜਾਂ ਅੱਗੇ ਹੋਰ ਵੀ ਉਹਨਾਂ ਨੂੰ ਦੱਸਦੇ ਹੋਣੇ ਵੀ ਉੱਥੇ ਜਾਓ, ਇੰਨੇ ਇੰਨੇ ਕੁ ਰੇਟਾਂ ਦੇ ਵਿੱਚ ਹੁੰਦਾ ਹੈਗਾ? ਅਫਕੋਰਸ ਸਰ ਮੇਰੇ ਕੋਲ ਪੂਰੇ ਪੰਜਾਬ ਤੋਂ ਆਉਂਦੇ ਨੇ ਪੇਸ਼ੈਂਟ, ਕਈ ਵਾਰੀ ਪੰਜਾਬ ਤੋਂ ਬਾਹਰ ਤੋਂ ਵੀ ਆਉਂਦੇ ਨੇ ਪੇਸ਼ੈਂਟ, ਕੁਛ ਇੱਦਾਂ ਨਹੀਂ ਹੈਗਾ ਕਿ ਮੇਰਾ ਲੁਧਿਆਣਾ ਹੀ ਆ ਰਿਹਾ, ਮੇਰੇ ਕੋਲ ਬਠਿੰਡੇ ਤੋਂ, ਅੰਮ੍ਰਿਤਸਰ ਤੋਂ, ਸਾਰੇ ਪਾਸਿਓਂ ਆ ਰਹੇ ਸਰ ਪੇਸ਼ੈਂਟ। ਸਰ ਕੀ ਪੇਸ਼ੈਂਟਸ ਕਿਤੋਂ ਵੀ ਆ ਸਕਦੇ ਆ ਜਾਂ ਫਿਰ ਸਿਵਲ ਹਸਪਤਾਲ ਦੇ, ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਹੈਗਾ ਕ੍ਰਿਸ਼ਨਾ ਡਾਇਗਨੋਸਟਿਕ? ਨਹੀਂ ਨਹੀਂ ਸਰ ਇੱਦਾਂ ਨਹੀਂ ਹੈਗਾ, ਸਿਵਲ ਹੋਸਪਿਟਲ ਦੇ ਵੀ ਆ ਸਕਦੇ ਨੇ, ਜਿਹੜੇ ਮਰਜ਼ੀ ਡਾਕਟਰ ਤੋਂ ਰਿਟਰਨ ਹੋਣਾ ਚਾਹੀਦਾ, ਆਪਾਂ ਸਕੈਨ ਕਰਨ ਨੂੰ ਤੁਹਾਡੀ ਸੇਵਾ 'ਚ ਬੈਠੇ ਹਾਂ ਸਰ। ਮਤਲਬ ਕੁਛ ਪੇਸ਼ੈਂਟਸ ਕੋਈ ਵੀ ਹੋਵੇ, ਜਿੱਦਾਂ ਦਾ ਮਰਜ਼ੀ ਪੇਸ਼ੈਂਟ ਹੋਵੇ ਤੁਹਾਡੇ ਕੋਲ ਆ ਸਕਦਾ? ਹਾਂਜੀ ਹਾਂਜੀ ਸਰ, ਕੋਈ ਵੀ ਹੋਵੇ ਪੇਸ਼ੈਂਟ, ਕੋਈ ਇੱਦਾਂ ਦੀ ਦਿੱਕਤ ਨਹੀਂ ਕਿ ਸਿਵਲ ਤੋਂ ਹੋਵੇ, ਜਿਹੜੇ ਮਰਜ਼ੀ ਡਾਕਟਰ ਤੋਂ ਰਿਟਰਨ 'ਚ ਹੋਵੇ ਆਪਾਂ ਸਕੈਨ ਕਰ ਦਾਂਗੇ ਸਰ। ਠੀਕ ਹੈ ਸਰ। ਸੋ ਤੁਹਾਡੇ ਲਈ ਵੀਡੀਓ ਬੜੀ ਖਾਸ ਹੈ ਕਿਉਂਕਿ ਇਹ ਹੈਲਥ ਨੂੰ ਲੈ ਕੇ ਜਿਹੜੀ ਹੈ ਤੁਹਾਡੇ ਲਈ ਖਬਰ ਸਾਂਝੀ ਕੀਤੀ ਹੈ, ਅਤੇ ਹੁਣ MRI ਅਤੇ ਸਿਟੀ ਸਕੈਨ ਬੜੇ ਘੱਟ ਰੇਟਾਂ ਦੇ ਵਿੱਚ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਆ ਕੇ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਕਰਾ ਸਕਦੇ ਹੋ। ਅਕਸਰ ਦੇਖਿਆ ਜਾਂਦਾ ਹੈ ਕਿ ਵੱਡੇ ਵੱਡੇ ਜਿਹੜੇ ਚਾਰਜਿਸ ਹੈ ਉਹ ਲਗਾ ਦਿੱਤੇ ਜਾਂਦੇ ਨੇ, ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਬੜੇ ਸਸਤੇ ਰੇਟਾਂ ਦੇ ਵਿੱਚ ਇਹ ਸਿਟੀ ਸਕੈਨ, MRI ਅਤੇ ਹੋਰ ਵੀ ਹੈਲਥ ਨੂੰ ਲੈ ਕੇ ਬੜੇ ਚੈੱਕਅਪ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਕੈਮਰਾਮੈਨ ਵਿਪਿਨ ਬੱਸੀ ਦੇ ਨਾਲ ਦਾ ਸਿਟੀ ਹੈਡਲਾਈਨ, ਜੈ ਕੁਮਾਰ।